ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਰਾਏਪੁਰ ਅਰਾਈਆਂ ਅਤੇ ਪੁਆਰੀ ਪਿੰਡ ਦੇ ਲੋਕਾਂ 'ਚ ਬੰਨ ਟੁੱਟਣ ਦੀ ਚਿੰਤਾ ਹੋਰ ਵਧੀ। ਲੋਕ ਜਾ ਕੇ ਰਾਤ ਕੱਟਣ ਲਈ ਹੋਏ ਮਜਬੂਰ। ਤਹਿਸੀਲ ਫਲੋਰ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਅਰਾਈਆਂ ਅਤੇ ਪੁਆਰੀ ਦੇ ਲੋਕਾਂ 'ਚ ਬੰਨ ਟੁੱਟਣ ਦਾ ਖਤਰਾ ਹੋਰ ਵਧਿਆ, ਕਿਉਂਕਿ 4 ਦਿਨਾਂ ਤੋਂ ਸਤਲੁਜ ਦੇ ਪਾਣੀ ਨੂੰ ਰੋਕਣ ਲਈ ਸਰਕਾਰੀ ਮੁਲਾਜ਼ਮ ਫੇਲ ਸਾਬਿਤ ਹੋ ਰਹੇ ਹਨ, ਕਿਉਂਕਿ 4 ਦਿਨ ਪਹਿਲਾਂ ਸਤਲੁਜ ਦਾ ਪਾਣੀ ਬੰਨ ਤੋਂ ਕਾਫ਼ੀ ਦੂਰ ਚੱਲ ਰਿਹਾ ਸੀ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਪਾਣੀ ਦਾ ਬਹਾਅ ਕਾਫ਼ੀ ਵੱਧ ਗਿਆ ਨਜ਼ਰ ਆ ਰਿਹਾ ਹੈ। ਕਿਸਾਨ ਰਵਿੰਦਰ ਸਿੰਘ, ਸਾਨੋਪ ਜਗਦੇਵ ਸਿੰਘ, ਪਿੰਡ ਸੱਤੋਵਾਲ, ਲੁਧਿਆਣਾ ਨੇ ਦੱਸਿਆ ਕਿ ਕਰੀਬ 26 ਕਿੱਲੇ ਜ਼ਮੀਨ ਸਤਲੁਜ ਦਰਿਆ ਦੇ ਨਾਲ ਲੱਗਦੀ ਹੈ ਅਤੇ ਸਾਰੀ ਫਸਲ ਪਾਣੀ ਦੇ ਬਹਾਅ ਹੇਠ ਆ ਗਈ ਹੈ। ਮੇਰਾ ਨਾਮ ਰਵਨੀਤ ਸਿੰਘ ਆ, ਮੈਂ ਪਿੰਡ ਵਾਸੀ ਪੁਆਰੀ ਦਾ ਹੈਗਾ। ਮੇਰਾ ਫਾਦਰ ਨੇਮ ਗੁਰਜੀਤ ਸਿੰਘ ਆ। ਇੱਥੇ ਸਾਡੀ ਜ਼ਮੀਨ ਆ ਜੀ, ਸਾਰੀ ਵਾਲੀ ਜਿਹੜੀ ਖੁਰਦੀ ਪਈ ਹੈ ਜੀ, ਅਤੇ 4 ਦਿਨ ਹੋ ਗਏ ਜੀ ਅਸੀਂ ਇੱਥੇ ਰਾਤ ਦੇ ਦਿਨ ਰਾਤ ਲੱਗੇ ਹੋਏ ਜੀ, ਕੋਈ ਪ੍ਰਸ਼ਾਸਨ ਦਾ ਕੁਝ ਨਹੀਂ ਇੱਥੇ ਕਰ ਰਿਹਾ। ਅਤੇ ਸਾਡੀ ਇੱਥੇ 15 ਕਿੱਲੇ ਜ਼ਮੀਨ ਇੱਥੇ ਰੁੜ ਗਈ ਹੈ ਜੀ, ਜਿਸ ਚੀਜ਼ ਦੀ ਕੌਣ ਸੁਣਵਾਈ ਹੈ, ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ ਹੈਗੀ। ਅਸੀਂ ਇਸ ਮਸਲੇ ਬਾਰੇ ਪਹਿਲਾਂ ਵੀ DC ਸਾਹਿਬ ਤੱਕ, SDM ਸਾਹਿਬ ਤੱਕ ਅਪਰੋਚਾਂ ਕੀਤੀਆਂ, ਪਰ ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਸਵੇਰੇ ਸੁਣਿਆ ਵੀ ਚੌਧਰੀ ਸਾਹਿਬ ਇੱਥੇ ਆਏ ਸੀ, ਤੁਹਾਨੂੰ ਕੀ ਦਿਲਾਸਾ ਦੇ ਕੇ ਗਏ ਹੋ? ਸਾਨੂੰ ਉਹ ਜੀ ਅੰਦਰ ਵਾਲੀ ਆਹ ਰੇਤਾ ਚੱਕਣ ਦਾ ਦਿਲਾਸਾ ਦੇ ਕੇ ਗਏ ਆ, ਪਰ ਇਹਦੇ ਵਿੱਚ ਵੀ ਹਜੇ ਕੁਛ ਨਹੀਂ ਦਿਸਦਾ ਪਿਆ ਜੀ, ਕੀ ਇਹਦਾ ਹੋਏਗਾ ਤੇ ਕੀ ਨਹੀਂ ਹੋਏਗਾ। ਕੀ ਕਹਿ ਗਏ ਰੇਤਾ ਕੌਣ ਚੱਕੇ? ਇਹ ਮੈਨੂੰ ਮਾਈਨਿੰਗ ਨੂੰ ਆਰਡਰ ਦੇ ਕੇ ਗਏ ਜੀ, ਪਰ ਉਹ ਹਜੇ ਜਿਹੜੇ ਪਰਲੇ ਪਾਸੇ ਵਾਲੇ ਕਹਿ ਰਿਹਾ ਕੋਈ ਸਾਨੂੰ ਹਜੇ ਤੱਕ ਰਿਟਰਨ ਵਿੱਚ ਕੋਈ ਨਹੀਂ ਦੇ ਰਿਹਾ, ਜੇ ਕੋਈ ਰਿਟਰਨ ਵਿੱਚ ਦੇਗਾ ਫਿਰ ਅਸੀਂ ਪਰਮਿਸ਼ਨ ਦੇਵਾਂਗੇ, ਪਰ ਇਸ ਚੀਜ਼ ਦਾ ਹਜੇ ਕਿਸੇ ਨੂੰ ਕੋਈ ਖੁਲਾਸਾ ਨਹੀਂ ਹੈਗਾ। ਕੀ ਕੋਈ ਇੱਥੇ ਇਸ ਹੱਲ ਕਰਨ ਲਈ ਪਹੁੰਚਿਆ ਕਿ ਨਹੀਂ? ਫਿਲਹਾਲ ਤਾਂ ਕੋਈ ਨਹੀਂ ਜੀ, ਸਾਰੇ ਗੇੜੇ ਮਾਰ ਕੇ ਚੱਲ ਜਾਂਦੇ ਆ ਜੀ, ਜੋ ਕੁਛ ਹੈਗਾ ਸਾਰਾ ਕੁਝ ਰੁੜ ਗਿਆ ਜੀ। 4 ਦਿਨ ਹੋ ਗਏ ਇੱਥੇ ਸਾਨੂੰ ਇਲਾਕਿਆਂ ਨੂੰ। ਸਾੜਾ 'ਚ ਜਿਹੜਾ ਆਪਣਾ ਅਸੀਂ ਖੜ੍ਹੇ ਹਾਂ ਇੱਥੇ, ਔਰ ਜਿਹੜਾ ਆਪਣਾ ਪਾਰਟ ਟਾਈਮ ਦਾ ਡਰ ਹੈ ਉਹਦੇ ਵਾਸਤੇ ਇਰੀਗੇਸ਼ਨ ਦੇ SC ਵੀ ਇੱਥੇ ਨੇ, SCM ਵੀ ਇੱਥੇ, ਲੇਬਰ ਵੀ ਆਈ ਹੋਈ ਹੈ। ਕੱਲ੍ਹ ਇਹਨਾਂ ਨੇ ਟੈਂਪਰੇਰੀ ਕੰਮ ਕੀਤਾ ਸੀ ਵੀ ਜਿਹੜੀਆਂ ਟਾਹਲੀਆਂ ਸੀ ਕੱਟ ਕੇ ਉੱਥੇ ਲਗਾ ਦਿੱਤੀਆਂ ਸੀ, ਪਰ ਅੱਜ ਉਹ ਸਵੇਰੇ ਰੁੜ ਚੁੱਕੀਆਂ ਨੇ। ਹੁਣ ਇਹਨਾਂ ਨੂੰ ਇਹ ਕਿਹਾ ਵਾ ਵੀ ਇੱਥੇ ਪੱਥਰ ਦੇ ਕਰੇਟ ਲਗਾਏ ਜਾਣ ਅਤੇ ਨਾਲੇ ਬੈਗ ਵੀ ਜਿਹੜੇ ਆ ਬੰਨ ਕੇ ਆਪਣੇ ਲੋਹੇ ਦਾ ਜਿਹੜਾ ਵਾ ਰੇਲਿੰਗ ਉਹਦੇ ਵਿੱਚ ਪਾ ਕੇ ਉੱਥੇ ਲਗਾਉਣ, ਤਾਂ ਹੀ ਇਹ ਕੰਟਰੋਲ ਹੋਣਾ। ਅਦਰਵਾਈਜ਼ ਨਹੀਂ, ਹੁਣ ਅਸੀਂ ਲੱਗੇ ਹੋਏ ਹਾਂ, ਕੋਸ਼ਿਸ਼ ਆ ਵੀ ਅੱਜ ਰਾਤ ਤੱਕ ਇਹਨੂੰ ਕੰਟਰੋਲ ਕਰ ਦਾਂਗੇ। ਸਰ, ਇਹ ਜਿਹੜਾ ਕੱਲ੍ਹ ਦਾ ਕੰਮ ਚੱਲਦਾ ਹੈਗਾ, ਕੱਲ੍ਹ ਵੀ ਇਸ ਨੂੰ ਕਾਫ਼ੀ ਕਵਰਿੰਗ ਕੀਤੀ ਜਾ ਸਕਦੀ ਸੀ, ਪਰ ਇਹਦੇ ਬਾਰੇ ਖਿਆਲ ਕਿਉਂ ਨਹੀਂ ਦਿੱਤਾ ਗਿਆ ਪਹਿਲਾਂ ਪ੍ਰਸ਼ਾਸਨ ਨੇ? ਇਸ ਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਦੀ ਲਾਪਰਵਾਹੀ ਸਾਫ਼ ਨਜ਼ਰ ਆ ਰਹੀ ਹੈ। ਇਹਨਾਂ ਨੂੰ ਪਹਿਲਾਂ ਹੀ ਪਤਾ ਸੀ, ਔਰ ਇਹਨਾਂ ਨੂੰ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ, ਔਰ ਚਲੋ ਜੋ ਹੋ ਵੀ ਗਿਆ, ਪਰਸੋਂ ਜਦੋਂ ਪਤਾ ਲੱਗਾ ਸੀ ਉਦੋਂ ਹੀ ਇਹਨਾਂ ਨੂੰ ਚਾਹੀਦਾ ਸੀ ਵੀ ਜਿਹੜੇ ਅੱਜ ਇਹ ਕਰੇਟ ਲੈ ਕੇ ਆਏ ਇਹ ਪਰਸੋਂ ਲੱਗਣੇ ਚਾਹੀਦੇ ਸੀ, ਪਰ ਇਹ ਹੁਣ ਬਾਅਦ 'ਚ ਇਨਕੁਆਇਰੀ ਕੀਤੀ ਜਾਏਗੀ। ਫਿਲਹਾਲ ਤਾਂ ਇਹੋ ਹੀ ਆ ਵੀ ਪਿੰਡ ਨੂੰ ਕੋਈ ਨੁਕਸਾਨ ਨਾ ਪਹੁੰਚੇ, ਇਸ ਤੋਂ ਬਚਾਇਆ ਜਾ ਸਕੇ। ਸਰ, ਲੋਕਾਂ ਵੱਲੋਂ ਇਹ ਵੀ ਕਹਿਣਾ ਹੈ ਕਿ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ, ਕਾਫ਼ੀ ਮਾਈਨਿੰਗ ਹੋਈ ਆ, ਜੇ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ ਕਾਫ਼ੀ ਜਾਗਰੂਕ ਕੀਤਾ ਵੀ ਗਿਆ, ਦੱਸਿਆ ਵੀ ਗਿਆ, ਪਰ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਜੀ। ਕਾਰਵਾਈ 3 ਕੰਪਲੇਂਟਾਂ ਇਹਨਾਂ ਦੀਆਂ ਆਈਆਂ ਸੀ ਅੱਜ ਤੋਂ 3-4 ਮਹੀਨੇ ਪਹਿਲੇ। ਇੱਕ ਦੇ ਵਿੱਚ ਤਾਂ FIR ਵੀ ਕਰਵਾਈ ਗਈ ਸੀ, ਬਾਅਦ 'ਚ ਜਿਹੜੇ ਕੰਪਲੇਂਟ ਸੀ ਉਹਨਾਂ ਨੇ ਕੰਪਲੇਂਟ ਵਾਪਸ ਲੈ ਲਈ। ਇੱਥੇ ਮੈਂ ਆਮ ਦੇਖਿਆ ਵੀ ਪਹਿਲੇ ਕੰਪਲੇਂਟ ਕਰਦੇ ਆ, ਫਿਰ ਇਹ ਆਪਣਾ ਹੀ ਉਹਨਾਂ ਨਾਲ ਸ਼ੇਅਰ ਜਦੋਂ ਸੈੱਟ ਹੋ ਜਾਂਦਾ ਤਾਂ ਲੋਕ ਆਪਣੀ ਕੰਪਲੇਂਟ ਵਾਪਸ ਲੈ ਲੈਂਦੇ ਆ। ਜੇ ਉਹ ਚਾਹੁੰਦੇ ਆ ਕਿ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇ ਤਾਂ ਫਿਰ ਉਹਨਾਂ ਨੂੰ ਵੀ ਸਟੈਂਡ ਲੈਣਾ ਪੈਂਦਾ। ਨਾਮ ਬੋਲੋ। ਮੇਰਾ ਨਾਮ ਰਵਿੰਦਰ ਸਿੰਘ, ਪਿੰਡ ਸੱਤੋਵਾਲ, ਸਾਨੂੰ ਜਗਦੀਪ ਸਿੰਘ, ਪਿੰਡ ਸੱਤੋਵਾਲ, ਜ਼ਿਲ੍ਹਾ ਲੁਧਿਆਣਾ ਦਾ ਮੈਂ ਰਹਿਣ ਵਾਲਾ। ਮੇਰੀ ਜ਼ਮੀਨ ਪਿੰਡ ਪੁਆਰੀ ਦੇ ਵਿੱਚ ਪੈਂਦੀ ਆ, ਤਕਰੀਬਨ 26 ਕਿੱਲੇ ਜ਼ਮੀਨ ਆ, ਅਤੇ ਜ਼ਮੀਨ ਸਾਰੀ ਹੜ ਗਈ। ਇੱਥੇ ਨਜਾਇਜ਼ ਮਾਈਨਿੰਗ ਹੋਣ ਦੇ ਕਰਕੇ ਇਹ ਜ਼ਮੀਨ ਨੂੰ ਢਾਹ ਲੱਗੀ, ਜ਼ਮੀਨ ਹੜ ਗਈ। ਅੱਜ ਸਵੇਰੇ MP ਸਾਹਿਬ ਆਏ ਸੀ,
ਉਹ ਸਾਨੂੰ ਇਹ ਦਿਲਾਸਾ ਦੇ ਕੇ ਗਏ ਆ ਵੀ ਚਲੋ ਤੁਹਾਡੀ ਜ਼ਮੀਨ ਹੜ ਗਈ, ਜਿਹੜਾ ਤੁਹਾਡਾ ਜ਼ਮੀਨ ਨੂੰ ਟੱਕਰ ਲੱਗਦੀ ਆ ਉਸ ਕਾਹੀ ਕਰਕੇ ਲੱਗਦੀ ਆ, ਉਹ ਕਾਹੀ ਨੂੰ ਅਸੀਂ ਆਪਸ਼ਨ ਵਿੱਚ ਪਾ ਕੇ ਮੈਨਿੰਗ ਦੇ ਐਕਟ 'ਚ ਲਿਆ ਕੇ ਇਹਨੂੰ ਅਸੀਂ ਚੁਕਾ ਕੇ ਜਿਹੜੀ ਕਿ ਤਾਂ ਜੋ ਇਸ ਬੰਨ ਨੂੰ ਦੁਬਾਰਾ ਢਾਹ ਨਾ ਲੱਗੇ, ਇਸ ਜ਼ਮੀਨ ਨੂੰ ਜਾਂ ਇਸ ਪਿੰਡ ਦੇ ਇੱਧਰ ਜਿਹੜੇ ਜਿੰਨੇ ਪਿੰਡ ਨੇ ਵੱਸਦੇ ਆ ਉਹਨਾਂ ਨੂੰ ਕੋਈ ਖਤਰਾ ਨਾ ਹੋਵੇ ਅੱਗੇ ਤੋਂ। ਅਤੇ ਬਾਕੀ ਉਹ ਜਦੋਂ ਕੱਲ੍ਹ ਅੱਜ ਉੱਧਰ ਗਏ ਅਫਸਰ ਗਏ ਜਾਂ ਮੰਦੇ ਗਏ, ਉਹਨਾਂ ਨੂੰ ਲੋਕ ਸਾਰੇ ਰਿਟਰਨ 'ਚ ਮੰਗਦੇ ਆ ਵੀ ਸਾਨੂੰ ਕੋਈ ਲਿਖਤੀ ਰੂਪ 'ਚ ਦਿਓ ਵੀ ਇਹ ਜ਼ਮੀਨ ਦਾ ਕੋਈ ਮੈਨਿੰਗ ਵਿੱਚ ਪਾਈ ਹੋਈ ਆ ਜਾਂ ਆਪਸ਼ਨ 'ਚ ਪਾਈ ਹੋਈ ਹੈ ਜ਼ਮੀਨ। ਅਸੀਂ ਇਹੀ ਚਾਹੁੰਦੇ ਹਾਂ ਵੀ ਚਲੋ ਵੀ ਉਹ ਤੱਗੀ ਚੱਕੀ ਜਾਵੇ ਆਪਸ਼ਨ 'ਚ ਪਾ ਕੇ, ਉਹਨੂੰ ਰੇਤਾ ਚੱਕਿਆ ਜਾਵੇ ਤਾਂ ਜੋ ਦਰਿਆ ਦਾ ਵਹਾਅ ਸਿੱਧਾ ਹੋ ਜਾਵੇ, ਲੋਕਾਂ ਦਾ ਨੁਕਸਾਨ ਨਾ ਹੋਵੇ, ਗਾਂਹ ਨਾ ਕੋਈ ਜ਼ਮੀਨ ਨੂੰ ਢਾਹ ਲੱਗੇ, ਨਾ ਬੰਨ੍ਹ ਦਾ ਨੁਕਸਾਨ ਹੋਵੇ।